किसी एक जी नूं सट लग जानी, एक जी का चले जाना, बहुत वड्डी घाटे वाली गल हुंदी। हाले तां पता नहीं लग रहा, मैं भी आया, मैं बाहर से आण के वेख्या, हुण पता लगेगा भी किन्ना क नुकसान होया, किवें होया। तो ये पता लगा भी ठेकेदार जिहड़े लैंडर चुकदे आ भी वह उन्हां दे बंदे थले आए हुए सीगे, तो उन्हां दे विच्चों ही बंदियां दे सट्टां भी लगियां, जां जिहड़े अज भी इस वेले भी अंदर ने उन्हां दे बंदियां चों। मैं तां परमात्मा अग्गे अरदास ही कर सकदा, परमात्मा कृपा करो सारिआं नूं बचा होवे, सारिआं नूं तंदरुस्ती होवे सारे, क्योंकि ये ना तो किसी ने किया, परमात्मा वालों जो रोज़ लैंडर चुकने वाले आ, रोज़ ही यहो जे काम करने वाले आ, तो यह जी घटना वापरनी मंदभागी। गावड़ी साहब, लैंडर चुकना कितने कितने इलीगल तरीका ही है, इलीगल ही है कितने कितने? देखो जी, बड़े चुकी जाते लोग, बहुत सारे इलीगल आ, इलीगल आ, ये तो कानून ही दसूगा। नहीं, देखो मेरी गल सुनो, जे जदों जदों तुसी समाज दे विच लैंटर चक्के जा रहे हैं, महंगाई का युग आ, महंगाई के युग के अगला कहिंदा भी खर्च बड़ा हो जाना, इन थोड़े पैसे दे के इनू उच्चा कर लीए, तो उहदे च मैं नहीं समझदा भी कोई इस कानून की जां कोई गल आ, ਆਪਦੇ ਵੱਲ ਤਾਂ ਅਗਲਾ ਫਾਇਦਾ ਹੀ ਕਰਦਾ, ਨੁਕਸਾਨ ਤਾਂ ਕਰਦਾ। ਜੇ ਇਹਨਾਂ ਐਗਰੀਮੈਂਟ ਦੀ ਕਾਪੀ ਜਿਹੜੀ ਇਹਨਾਂ ਨੇ ਕੀਤੀ ਸੀ ਪ੍ਰਸ਼ਾਸਨ ਨੂੰ ਦਿੱਤੀ ਹੁੰਦੀ ਸੀ, ਉਹਦੇ 'ਤੇ ਰਹਿੰਦੀ ਕਾਰਵਾਈ ਕੀਤੀ ਜਾਂ ਠੇਕੇਦਾਰ ਫੜਿਆ ਜਾ ਸਕਦਾ ਸੀ? ਫੜਿਆ ਤਾਂ ਹੁਣ ਵੀ ਜਾਊ ਜੀ ਠੇਕੇਦਾਰ। ਨਹੀਂ, ਜਿਹੜੀਆਂ ਮੌਕੇ 'ਤੇ ਮੌਤਾਂ ਹੋਈਆਂ, ਜਿਹੜੇ ਨਹੀਂ ਠੇਕੇਦਾਰ ਤਾਂ ਹੁਣ ਵੀ ਉਹੀ ਜ਼ਿੰਮੇਵਾਰ ਜਿਹਨੇ ਇਹ ਕੰਮ ਕੀਤਾ, ਦੂਜਾ ਥੋੜ੍ਹਾ ਜ਼ਿੰਮੇਵਾਰ ਜਦ ਤੱਕ ਮਾਲਕ ਵੀ ਹੋਊਗਾ ਨਹੀਂ ਜਿਹੜਾ ਬਿਲਡਿੰਗ ਮਾਲਕ ਦੀ ਕੋਈ ਗਲਤੀ ਨਹੀਂ। ਲੈਟਰ ਨਹੀਂ, ਬਿਲਡਿੰਗ ਮਾਲਕ ਦੀ ਕੋਈ ਗਲਤੀ ਨਹੀਂ। ਮੈਂ ਜਦ ਤੱਕ ਆਇਆ ਹੀ ਹਾਂ, ਮੈਂ ਪਤਾ ਨਹੀਂ ਵੀ ਕਿਹਦੀ ਗਲਤੀ ਕਿਹਦੀ ਨਹੀਂ ਆ, ਅਤੇ ਮੈਂ ਵੀ ਕਿਸੇ ਨੂੰ ਗਲਤੀ ਠਹਿਰਾ ਦਿਆਂ, ਕਿਸੇ ਨੂੰ ਦੋਸ਼ੀ ਠਹਿਰਾ ਦਿਆਂ, ਮੈਂ ਕਿਵੇਂ ਠਹਿਰਾ ਸਕਦਾ? ਪੈਸੇ ਬਚਾਉਣ ਦੇ ਪਿੱਛੇ ਕਿਸੇ ਨਾ ਕਿਤੇ ਨਹੀਂ ਜਾਣਾ। ਦੇਖੋ, ਕਾਨੂੰਨ ਜਿਹੜਾ, ਕਾਨੂੰਨ ਆਪਣਾ ਕੰਮ ਕਰੂਗਾ, ਆਪਾਂ ਐਵੇਂ ਇਹ ਮੈਂ ਨਹੀਂ ਅੱਜ ਇੱਥੇ ਹਾਲੀ ਆਇਆ ਹੀ ਹਾਂ ਅਤੇ ਮੈਂ ਕਿਸੇ ਨੂੰ ਐਲੀਗੇਸ਼ਨ ਲਾ ਦਿਆਂ ਵੀ ਉਹਦਾ ਫਲਾਣੇ ਦਾ ਨੁਕਸਾਨ, ਫਲਾਣੇ ਦਾ ਕਸੂਰ ਆ, ਫਲਾਣਾ ਅੰਦਰ ਜਾਣਾ ਚਾਹੀਦਾ, ਫਲਾਣਾ ਬਚਣਾ ਚਾਹੀਦਾ, ਜਦੋਂ ਮੈਂ ਆਇਆ ਹੀ ਹੋਣਿਆ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਅਤੇ ਮੈਂ ਹੁਣ ਇਹ ਵੀ ਨਹੀਂ ਪਤਾ ਵੀ ਕੋਈ ਡੈਥ ਹੋਈ ਆ ਨਹੀਂ ਹੋਈ, ਹਾਲ ਤਾਂ ਮੈਂ ਆਇਆ ਹੀ ਹਾਂ। ਅਤੇ ਗੋਲਾ ਫੈਕਟਰੀ ਜੋ ਡਿੱਗਦੀ ਹੈ, ਉਦੋਂ ਵੀ ਤਾਂ ਪ੍ਰਸ਼ਾਸਨਿਕ ਅਧਿਕਾਰੀ ਕਈ ਘੇਰੇ ਚਾਹੁੰਦੇ ਨੇ, ਉਦੋਂ ਵੀ ਤਾਂ ਤੁਹਾਡੇ ਵੱਲੋਂ ਹੀ ਤੁਹਾਡੇ ਪਾਰਟੀ ਦੇ ਪ੍ਰਮੁੱਖ ਜਿਹੜੇ ਸੀਗੇ ਉਹ ਸਵਾਲ ਦਿੰਦੇ ਨੇ ਕਿ ਇਹਦੇ ਵਿੱਚ ਕਲੀਨ ਚਿੱਟ ਦਿੱਤੀ ਜਾਊਗੀ, ਲੇਕਿਨ ਉਹ ਵੀ ਤੁਹਾਡੀ ਪਾਰਟੀ ਨੁਮਾਇੰਦਾ ਹੀ ਸੀਗਾ। ਕਿਹੜਾ? ਗੋਲਾ ਫੈਕਟਰੀ ਸੁੱਕੀਆ ਚੌਂਕ ਦੇ ਕੋਲ। ਆਹੋ, ਉਹਦਾ ਨੁਕਸਾਨ ਹੋਇਆ ਫਿਰ। ਹਾਂ, ਤੇ ਉਹ ਜਿਹੜੇ ਹੋਇਆ ਸੀ ਅੰਦਰ ਵੀ ਲੱਗਿਆ ਜਿਹੜਾ ਹੋਇਆ ਸੀਗਾ, ਹੈ ਕੈਮੀਕਲ ਜਿਹੜਾ ਬਲਾਸਟ ਹੋਇਆ ਸੀਗਾ, ਉਹ ਕੈਮੀਕਲ ਵਾਲੀ ਗੱਲ ਹੋਰ ਆ, ਇਹ ਹੋਰ ਆ, ਲੈਂਟਰ ਤੇ ਥੱਲੇ ਆ ਕੇ ਮੋੜ ਇਹ 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 ਹੋਰ ਚੀਜ਼ ਆ, ਉਹ ਹੋਰ ਚੀਜ਼ ਸੀਗੀ, ਇਹ ਨਹੀਂ ਉਹਦੇ ਨਾਲ ਜੁੜਦੀ। ਕਰ ਲੀਜੀਏ ਪਲੀਜ਼। ਯਾਰ ਆਪ ਸਾਇਲੈਂਟ ਹੋ ਜਾਓ ਤੁਸੀਂ। ਲੁਧਿਆਣਾ ਸ਼ਹਿਰ ਦੇ ਵਿੱਚ ਡਾਬਾ ਗਿਆਸਪੁਰ ਏਰੀਆ, ਇੱਥੇ ਕਾਫੀ ਸੰਘਣੀ ਜਿਹੜੀ ਹੈਗੀ ਹੈ ਫੈਕਟਰੀਜ਼ ਔਰ ਇੰਡਸਟਰੀਅਲ ਏਰੀਆ। ਸਵੇਰੇ 9:50 'ਤੇ ਇਟਸ ਵੈਰੀ ਅਨਫੋਰਚੁਨੇਟ, ਮੰਦਭਾਗਾ ਹੈ ਕਿ ਇੱਕ ਪੁਰਾਣੀ ਫੈਕਟਰੀ ਜੋ ਕਿ ਆਟੋ ਪਾਰਟਸ ਦੀ ਹੈ, ਉਹਦਾ ਜਿਹੜਾ ਲੈਂਟਰ ਹੈ ਉਹਦੀ 4th ਮੰਜ਼ਿਲ, ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫੈਕਟਰੀ ਦੇ ਅੰਦਰ ਜਿਹੜੀ ਲੇਬਰ ਹੈ ਉਹ ਲੈਂਟਰ ਨੂੰ ਚੁੱਕਣ ਵਾਲੀ ਲੇਬਰ ਸੀ, ਲਗਭਗ 40 ਬੰਦੇ ਕਿਹਾ ਜਾਂਦਾ ਅੰਦਰ ਸੀਗੇ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 37 ਨੂੰ ਬਾਹਰ ਕੱਢਿਆ ਜਾ ਚੁੱਕਿਆ। ਤਿੰਨਾਂ ਦਾ ਇਹ ਖਦਸ਼ਾ ਹੈ ਕਿ ਅੰਦਰ ਅਜੇ ਵੀ ਫਸੇ ਹੋ ਸਕਦੇ ਆ, ਤਿੰਨ ਕੋਈ ਪੱਕਾ ਨੰਬਰ ਨਹੀਂ, 3, 4, 5 ਵੀ ਹੋ ਸਕਦੇ ਨੇ। ਜਿਹੜੇ 37 ਨੂੰ ਬਾਹਰ ਕੱਢਿਆ ਗਿਆ ਉਹਨਾਂ 'ਚੋਂ 3 ਦੀ ਹੁਣ ਤੱਕ ਮੌਤ ਹੋ ਚੁੱਕੀ ਹੈ, ਇੱਕ ਸਿਵਲ ਹੋਸਪਿਟਲ 'ਚ ਡਿਕਲੇਅਰ ਡੈੱਡ ਹੋਏ ਆ, ਇੱਕ ਅਪੋਲੋ ਦੇ ਵਿੱਚ ਮੌਤ ਹੋਈ ਔਰ ਇੱਕ ਡੈੱਡ ਬੋਡੀ ਜਸਟ ਹੁਣੀ ਨਿਕਲੀ ਹੈ। ਬਾਕੀ ਜਿਹੜੇ 7 ਨੇ ਉਹਨਾਂ ਦੇ ਵਿੱਚੋਂ 3 ਹੋਸਪਿਟਲ 'ਚ ਸਿਵਲ 'ਚ ਦਾਖਲ ਨੇ, ਜੋ ਕਿ ਗੰਭੀਰ ਰੂਪ 'ਚ ਜ਼ਖਮੀ ਨਹੀਂ ਹਨ। ਬਾਕੀ 4 SPS ਅਪੋਲੋ 'ਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਜਿਹੜੇ ਲੋਕ ਅੰਦਰ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਲਈ NDRF SDRF ਦੋਨੇ ਜਿਹੜੀਆਂ ਟੀਮਾਂ ਨੇ, ਮਿਊਂਸਪਲ ਕਾਰਪੋਰੇਸ਼ਨ ਔਰ ਸਿਵਲ ਪੁਲਿਸ ਪ੍ਰਸ਼ਾਸਨ ਸਵੇਰੇ ਆ ਗਏ ਸੀ। ਪੁਲਿਸ ਵਾਜ ਫਸਟ ਟੂ ਰਿਸਪੋਂਡ, ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ
और कारपोरेशन ने भी तुरंत कुछ बंदियां बाहर कढ़िया। उन्हां दी सूचना मिलते सार ही असी NDRF और SDRF नूं रिक्वजिशन भेजी, वह भी टीमां तुरंत आ गईयां ने। हुण साडा जिहड़ा फोकस हैगा वध तों वध बंदियां दी जान बचाउण ते है। जस्ट हुणी कुछ देर पहलां जिहड़ी तीजी बॉडी मैं तुहानूं दस्सिया वह बाहर आई है। एक अंदर व्यक्ति होर विजिबल इस वेले हो रहा, बट उस मूवमेंट नहीं है। SDRF और NDRF की कोशिश है कि जिन्हें भी अंदर है उन्हों की जान बचाई जाए। ड्रिलिंग का काम चल रहा, हाइड्रा मशीन वगैरह भी असं मंगा रहे हैं, बट ज़्यादा भारी मशीन असी अजे प्रेसिंग ता नहीं कर रहे। साड़ी कोशिश है कि थोड़े थोड़े एरियाज में कट के जी जान बच सकती है उन्होंने बचाए। सवेरे ये तो हूँ अर्ली मॉर्निंग, जो आई विटनेस का कहना कि अर्ली मॉर्निंग तो चल रहा है 9:50 के आस पास। देखो जो कोई इंसीडेंट इस तरह का हो जाता इट्स अंडर डिजास्टर, ता ही नैशनल डिजास्टर रिलीफ फोर्स से SDRF में बुलाया गया। डिजास्टर के फस्ट प्रियोरिटी जी है जाना बचा, बाकी जिस भी किसी की गलती होगी CP साहब खड़े ने। लॉ पोजिशन जी है वह दस, जो भी किसी की गलती है उसते कार्रवाई। जिदा की जानकारी दिती गई है कि लुधियाने के बहुत सारे लोग लेंटर चुकते हैं, लेंटर चुकन वेले कारपोरेशन तो एक मंजूरी लैन की एक लाजमी कार्रवाई है। इस केस के मालिक ने जी कार्रवाई पूरी नहीं की, ਉਹਦੀ ਇਹ ਗਲਤੀ ਹੈ ਔਰ ਉਹਦੇ ਵਿਰੁੱਧ ਬਣਦੀ ਕਾਰਵਾਈ ਜੋ ਵੀ ਲਾਅ ਹੈਗਾ ਉਹ CP ਸਾਹਿਬ ਦੱਸਣਗੇ। ਅਜੇ ਤਾਂ ਇਨਫੋਰਮੇਸ਼ਨ ਜਾ ਹੀ ਰਹੀ ਹੈ, ਸਰਕਾਰ ਹਮੇਸ਼ਾ ਹੀ ਇਸ ਤਰ੍ਹਾਂ ਦੀ ਸਥਿਤੀ 'ਚ ਕਰਦੀ ਹੈ, ਜਦੋਂ ਹੀ ਉੱਪਰੋਂ ਕੋਈ ਸੂਚਨਾ ਆਉਂਦੀ ਹੈ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਬਟ ਗਵਰਨਮੈਂਟ ਦੀ ਐਕਸਗ੍ਰੇਸ਼ੀਆ ਔਰ ਲੋਕਾਂ ਨੂੰ ਰਾਹਤ ਦੇਣ ਦੀ ਪਾਲਿਸੀ ਹਮੇਸ਼ਾ ਹੀ ਹੁੰਦੀ ਹੈ। ਮੈਟਰ ਆਫ ਇਨਕੁਆਇਰੀ ਹੈ। ਦੇਖੋ ਅਸੀਂ ਤਾਂ ਤੁਹਾਡੇ ਸਾਹਮਣੇ ਅਜੇ ਜਾਨਾਂ ਬਚਾਉਣ ਤੇ ਲੱਗੇ ਹਾਂ, ਮੈਟਰ ਆਫ ਰਿਕਾਰਡ ਹੈ, ਜੋ ਇਨਕੁਆਇਰੀ 'ਚ ਆਏਗਾ ਤੁਹਾਡੇ ਨਾਲ ਸਾਂਝਾ ਕਰ ਲਿਆ ਜਾਏਗਾ। ਬਟ ਬਿਲਡਿੰਗ ਕਿਉਂਕਿ ਤੁਹਾਡੇ ਸਾਹਮਣੇ ਹੀ ਹੈ, ਇਹਨੂੰ ਦੇਖਣ ਤੋਂ ਹੀ 20-25 ਸਾਲ ਪੁਰਾਣੀ ਲੱਗਦੀ ਹੈ। ਇਹਦੇ ਵਿੱਚ ਅਸੀਂ FIR ਦਰਜ ਕਰ ਲਈ ਹੈ ਜਿਹੜੇ ਕੰਟਰੈਕਟਰ ਔਰ ਮਾਲਿਕ ਹੈ ਉਹਨਾਂ ਦੇ ਖਿਲਾਫ਼, ਐਂਡ ਮਾਮਲੇ ਦੀ ਤਫਤੀਸ਼ ਜਾਰੀ ਹੈ। ਟੋਟਲ ਜਿੱਦਾਂ DC ਸਾਹਿਬ ਨੇ ਦੱਸਿਆ 3 ਵਿਅਕਤੀਆਂ ਦੀ ਹੁਣ ਤੱਕ ਮੌਤ ਦੀ ਸੂਚਨਾ ਆਈ ਹੈ ਅਤੇ 7 ਜਿਹੜੇ ਵਿਅਕਤੀਆਂ ਨੂੰ ਜੇਰੇ ਇਲਾਜ ਹਨ ਅਤੇ ਬਾਕੀਆਂ ਦੀ ਹਾਲਤ ਠੀਕ ਹੈ। ਬਾਕੀਆਂ ਨੂੰ ਤਾਂ ਪ੍ਰਾਰੰਭਿਕ ਇਲਾਜ ਤੋਂ ਬਾਅਦ ਛੁੱਟੀ ਵੀ ਦੇ ਦਿੱਤੀ ਗਈ ਸੀ ਅਤੇ ਬਾਕੀ SDRF ਔਰ NDRF ਦੀ ਜਿਹੜੀ ਟੀਮਸ ਹੈ ਅਤੇ ਪ੍ਰਸ਼ਾਸਨ ਦੀ ਜਿਹੜੀ ਟੀਮਸ ਹੈ ਉਹ ਜੁਆਇੰਟਲੀ ਰੈਸਕਿਊ ਆਪਰੇਸ਼ਨ ਕਰ ਰਹੀਆਂ ਅਤੇ ਸਾਡਾ ਜਿਹੜਾ ਫੋਕਸ ਹੈ ਫਿਲਹਾਲ ਉਹ ਰੈਸਕਿਊ ਆਪਰੇਸ਼ਨ ਦਾ ਹੈ। ਉਸ ਤੋਂ ਬਾਅਦ ਜੋ FIR ਦੇ ਵਿੱਚ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਲੇਕਿਨ ਲੈਂਟਰ ਚੱਕਣ ਵਾਲਾ ਹਜੇ ਤੱਕ ਸਖ਼ਤ ਫੜਿਆ ਗਿਆ ਕਿ ਨਹੀਂ ਫੜਿਆ ਗਿਆ, ਜਿਹੜਾ ਅਸੀਂ ਚਾਹੇਗਾ ਕਿ ਨਹੀਂ ਆਇਆ ਜਿਹੜੀ ਤਾਂ ਦੇਖੋ ਇਹ ਤਾਂ ਜਿਹੜੀ FIR ਤੋਂ ਬਾਅਦ ਜੋ ਉਹਨਾਂ ਦੇ ਪ੍ਰੋਸੀਡਿੰਗਸ ਹਨ ਉਹ ਸਾਰੀਆਂ ਚੱਲ ਰਹੀਆਂ ਹਨ। ਫਸਟ ਜਿਹੜੀ ਪ੍ਰਾਇਓਰਟੀ ਹੈ ਸਾਰੀ ਐਡਮਿਨਿਸਟ੍ਰੇਸ਼ਨ ਦੀ ਫਿਲਹਾਲ ਜਾਨ ਨਾ ਬਚਾਉਣ ਦੀ ਹੈ। ਉਸ ਤੋਂ ਬਾਅਦ ਜਿਸ ਹਿਸਾਬ ਨਾਲ ਵੀ ਹੋਏਗੀ FIR ਦੀ ਕਾਰਵਾਈ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਹਾਲੇ ਸਾਰਾ ਕੁਛ ਮਾਲਿਕ ਅਸੀਂ, ਕਿਉਂਕਿ ਜਿਹੜੀ ਫਸਟ ਪ੍ਰਾਇਓਰਟੀ ਹੈ ਉਸ 'ਤੇ ਅਸੀਂ ਫੋਕਸ ਕਰ ਰਹੇ ਹਾਂ, ਐਂਡ FIR ਅਸੀਂ ਰਜਿਸਟਰ ਜ਼ਰੂਰ ਕਰ ਰਹੇ ਹਾਂ। ਸਾਡੇ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਲੁਧਿਆਣਾ ਬੰਦੇ ਨਿਕਲੇ ਜਾ ਚੁੱਕੇ, 3-4 ਵਿਅਕਤੀਆਂ ਦੇ ਹਲੇ ਅੰਦਰ। ਸਬਸਕ੍ਰਾਈਬ ਟੂ ਆਵਰ YouTube ਚੈਨਲ ਨਿਊਜ਼ DNN ਬਾਈ ਕਲਿਕਿੰਗ ਦ ਬੈਲ ਆਈਕਨ। ਡੋਂਟ ਫੋਰਗੇਟ ਟੂ ਲਾਈਕ, ਕਮੈਂਟ ਐਂਡ ਸ਼ੇਅਰ।